ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਮੈਂ ਤੁਹਾਨੂੰ ਚੀਜ਼ ਦਿਖਾਉਣ ਚੱਲਾਂ, ਅੱਜ ਉਹ ਇਹ ਆ, ਤਾਂ ਮੈਂ ਤੁਹਾਨੂੰ ਤਸਵੀਰਾਂ ਦਿਖਾਊਂਗਾ ਮਹਾਰਾਜਾ ਜੱਸਾ ਸਿੰਘ ਰਾਮਗੜੇ ਦੇ ਇਤਿਹਾਸ ਦੇ ਉੱਤੇ। ਸੋ ਦੀਸ ਆਰ ਦ ਓਰਿਜਨਲ ਐਂਡ ਦ ਰੀਅਲ ਪਿਕਚਰਸ ਇਨ ਹਿਸ ਲਾਈਫ ਸਟੋਰੀ। ਓਕੇ, ਸੋ ਫਰੋਮ ਹੀਅਰ ਯੂ ਵਿਲ ਲਰਨ ਅ ਲੋਟ ਆਫ ਅਬਾਊਟ ਦਿਸ Sikh prominent leader. He was a very powerful Sikh general and leader, because in that period from 1723 to 1803 sara mahal Maharaja Jassa Singh Ramgarhia utte si, sara mahal si. Now what was happening, now you guys probably thinking, why didn't he expand more now? Well, it's very easy to understand, isn't it? Because his birth date is 1723 and his end date is 1803. That makes him 80 years old. That was his time to be here with us. Okay, believe it or not, if we had more time, ਇਹ ਰਾਜ ਜਿਹੜਾ ਸੀ ਮਹਾਰਾਜਾ ਜੱਸਾ ਸਿੰਘ ਰਾਮਗੜੇ ਦਾ, ਉਹ ਜਾਣ ਵਾਲਾ ਨਹੀਂ ਸੀ, ਕਦੇ ਨਹੀਂ ਜਾਣ ਵਾਲਾ ਸੀ। ਇਹ ਉਹਦੀ ਉਮਰ ਕਰਕੇ ਇਹ ਰਾਜ ਗਿਆ ਆ, ਨਹੀਂ ਤਾਂ ਉਹਨੇ ਕੋਈ ਦੂਸਰਾ ਰਾਜਾ ਬਣੇ ਵੀ ਨਹੀਂ ਦੇਣਾ ਸੀ। ਆਈ ਐਮ ਸੇਇੰਗ ਦਿਸ ਇਨ ਏ ਸੀਰੀਅਸ ਕੰਸੀਡਰੇਸ਼ਨ, ਇਫ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਹੈਡ ਮੋਰ ਟਾਈਮ, ਨਾਟ ਓਨਲੀ ਜਸਟ ਅ ਟਾਈਮ, ਹੀ ਵਾਸ ਹੇਅਰ ਵਿਦ ਅਸ ਇਨ ਦੈਟ ਟਾਈਮ, ਹੀ ਵੁਡਨ ਲੈਟ ਅ ਸੈਕਿੰਡ ਪਰਸਨ ਟੇਕ ਹਿਸ ਪਲੇਸ। ਦੈਟ ਇਜ 100% accurate. If you're listening to other people's videos, do not take any notice of their rubbish, because Maharaja Jassa Singh Ramgarhia was the most powerful Sikh general and he had the most majority soldiers of any missile alive. Okay, so we're going to go from picture 1 to all the way up to picture 11. So mere ko 11 photo aaya jehdiyan bahut khaas aa, Shri Guru Gobind Singh vichon leke Hardas Singh, Giani Bhagwan Singh, Maharaja Jassa Singh Ramgarhia ich tasveer aaya. Okay, inna nu bahut ਗੌਰ ਨਾਲ ਦੇਖੋ ਤਸਵੀਰਾਂ ਨੂੰ, ਐਂਡ ਕਿੰਨਾ ਜ਼ਬਰਦਸਤ ਰਾਮਗੜੀਆਂ ਦਾ ਸਾਰਾ ਮਾਹੌਲ ਸੀ, ਕਿੰਨਾ ਕਮਾਲ ਦਾ ਸੀ। ਐਂਡ ਹਰੇਕ ਬੰਦੇ ਨੂੰ ਬਹੁਤ ਮਾਣ ਹੋਣਾ ਚਾਹੀਦਾ, ਨਾਟ ਓਨਲੀ ਦ ਰਾਮਗੜੇਸ, ਓਲ ਦ ਸਿੱਖਸ ਆਫ ਦ ਸ਼ੁਡ ਬੀ ਪ੍ਰਾਊਡ ਆਫ ਦਿਸ ਮਹਾਰਾਜਾ ਜੱਸਾ ਸਿੰਘ ਰਾਮਗੜੀਆ, ਵਟ ਹੀ ਹੈਸ ਅਚੀਵਡ in 80 years old. Believe it or not, if you look at all these 12 missiles, he was the most strongest from the Sikh generals, most of the soldiers,
and big in age as well. Tada Bantai Undana Akar Maharajasi Maharaja Jassa Singh Ramgarhia na Puranaya. Right. So let's on Shuru here. Okay. Thought you more photo. ਜੇ ਤੁਸੀਂ ਇਸ ਤਸਵੀਰ ਨੂੰ ਦੇਖੋ ਇਹ ਇਹਨੇ ਜਿੱਦਾਂ ਇੱਕ ਸੋਹਣੇ ਜਿਹਾ ਪੁਸ਼ਾਕ ਜਿਹਾ ਪਾਈ ਹੋਆ ਨੈਕਲੈਸ ਤਲਵਾਰ ਫੜੀ ਹੋਆ ਪਾਸੇ ਢਾਲ ਐਂਡ ਇਜ਼ ਸਿਟਿੰਗ ਔਨ ਅ ਚੇਅਰ ਜਸਟ ਲਾਈਕ ਅ ਮਹਾਰਾਜਾ ਓਕੇ ਐਂਡ ਮਹਾਰਾਜਾ ਹੈਗਾ ਸੀ ਬਹੁਤ ਸਮੇਂ ਦਾ ਬਹੁਤ ਵੱਡਾ ਹੈ ਮਹਾਰਾਜਾ ਸੀ ਸੋ ਇਹ ਤਸਵੀਰ ਇੱਦਾਂ ਬਣਾਈ ਗਈ ਵਾ ਤਾਂ ਇੱਕ ਮਹਾਰਾਜਾ ਕੁਰਸੀ ਦੇ ਉੱਤੇ ਬੈਠਾ ਆ ਸੋ ਦਿਸ ਪਿਕਚਰ ਸ਼ੋਜ਼ ਯੂ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਇਜ਼ ਵੇਅਰਿੰਗ ਦਿਸ ਬਿਊਟੀਫੁਲ ਪਿੰਕ ਕਲੋਥਸ ਵਿਦ ਨੈਕਲੈਸ ਅ ਸੋਰਡ ਇਨ ਲੈਫਟ ਹੈਂਡ ਐਂਡ ਅ ਸ਼ੀਲਡ ਔਨ ਦ ਸੇਮ ਸਾਈਡ ਐਂਡ ਇਜ਼ ਸਿਟਿੰਗ ਔਨ ਦ ਚੇਅਰ So that's the first picture. Let's go into picture two. On a dusri photo dekho. ਇੱਕ ਇਹਦੀ ਹੋਰ ਇੱਕ ਤਸਵੀਰ ਆ ਯੈਸ ਇਟਸ ਇਨ ਬਲੈਕ ਐਂਡ ਵਾਈਟ ਬਟ ਹੂਐਵਰ ਮੇਡ ਇਟ ਹੀ ਇਜ਼ ਮੇਡ ਇਟ ਇਨ ਅ ਵੇਅ ਦੈਟ ਜਿੱਥੇ ਬੰਦਾ ਕੋਈ ਉਹਦਾ ਪਰਸਨ ਇਜ਼ ਸਿਟਿੰਗ ਫਰੰਟ ਗਿਆ ਸੋ ਹੀ ਇਜ਼ ਮੇਡ ਇਟ ਇਨ ਅ ਵੇਅ ਲਾਈਕ ਅ ਪਰਸਨ ਇਜ਼ ਸਿਟਿੰਗ ਫਰੰਟ ਗਿਆ He's showing you his real look, what he should really look like. So, yeah, a photo of him, you know, jidda jidda. Aap more baitha honda, man us bande ne baith ke jidda tasveer banayi ho. Paave idda hega vi nahi hai, par phir bhi idda lagda hai. Bahut jidda ਉਹਨੇ ਦਿਖਾਈ ਹੈ ਤਸਵੀਰ ਬਣਾ ਕੇ ਜਿੱਦਾਂ ਅਸਲੀ ਲੱਗਦਾ ਸੀ ਗੋ ਟੂ ਦਾ ਨੈਕਸਟ ਫੋਟੋ ਆਹ ਫੋਟੋ ਬਹੁਤ ਖਾਸ ਵਾ ਇਹਨੂੰ ਧਿਆਨ ਨਾਲ ਦੇਖੋ ਇਹ ਜੇ ਮੁੜੇ ਤਸਵੀਰ ਆ ਇੱਕ ਪੇਂਟਿੰਗ ਆ ਕਿਸੇ ਨੇ ਇਹ ਪੇਂਟ ਕੀਤੀ ਆ ਸੋ ਦ ਪਿਕਚਰ ਯੂ ਸੀ ਫਰੰਟ ਯੂ ਰਾਈਟ ਨਾਓ ਇਟਸ ਅ ਪੇਂਟਿੰਗ ਰਾਈਟ ਯੂ ਕੈਨ ਐਕਚੁਅਲੀ ਰੀਡ ਵਟ ਇਟ ਸੇਜ਼ ਐਟ ਦ ਬੋਟਮ ਆਈ ਵਿਲ ਰੀਡ ਇਟ ਐਸ ਵੈਲ ਵਟ ਇਟ ਐਕਚੁਅਲੀ ਸੇਜ਼ ਅੰਡਰਨੀਥ ਦ ਪਿਕਚਰ ਹੇਅਰ ਵੀ ਗੋ ਅ ਪੇਂਟਿੰਗ ਆਫ ਅ ਯੂਥਫੁਲ ਮਹਾਰਾਜਾ Jassa Singh Ramgarhia commissioned by British East India Co. ਇਹ ਚੀਜ਼ ਥੱਲੇ ਇਹਦੀ ਲਿਖੀ ਆ ਉਸ ਸਮੇਂ ਬ੍ਰਿਟਿਸ਼ ਦਾ ਈਸਟ ਦੇ ਵਿੱਚ ਇੰਡੀਆ ਦੇ ਵਿੱਚ ਰਾਜ ਚੱਲਦਾ ਸੀ ਉਸ ਸਮੇਂ ਦੀ ਇਹ ਫੋਟੋ ਆ Now look at this photo very carefully. It's an elephant, right? And if you look right at the top, that while moving the cursor on is Maharaja Jassa Singh Ramgarhia,
ਤੁਸੀਂ ਫੋਟੋਆਂ ਬਹੁਤ ਦੇਖੀ ਹੋਣੀਆਂ ਪਰ ਜ਼ਿਆਦਾ ਬੰਦਿਆਂ ਨੂੰ ਪਤਾ ਨਹੀਂ ਇਹ ਬੰਦਾ ਕੌਣ ਆ ਜਿਹੜਾ ਹਾਥੀ ਦੇ ਉੱਤੇ ਬੈਠਾ ਆ। Nobody actually knows. I've seen some people seeing this picture, but they don't know who's that man sitting on the top. Okay? That man sitting on the top is Maharaja Jassa Singh Ramgarhia. Okay? Now I'll explain a bit further. This is Maharaja Jassa Singh Ramgarhia. Atop an elephant with his generals. Okay? So, a man with the shield and holding a sword is Maharaja Jassa Singh Ramgarhia. And jare baki sare ton bande desde a kode na jinne vi ton singh desde a oh Maharaja Jassa Singh Ramgarhia de jarnail wa sare. Okay? E bahut ਕਮਾਲ ਦੀ ਫੋਟੋ ਆ ਪਰ ਲੋਕ ਬਹੁਤੇ ਲੋਕਾਂ ਨੂੰ ਪਤਾ ਵੀ ਨਹੀਂ ਆ ਇਹ ਕੌਣ ਆ। ਉਹ ਹੌਲੇ ਕੋਈ ਤੁਹਾਨੂੰ ਜਾਣ ਕੇ ਦੱਸਣਾ ਪੂਗਾ, ਧੋਖਾ ਨਾ ਖਾਇਓ। ਇਸ ਫੋਟੋ ਦੇ ਵਿੱਚ ਜੇ ਤੁਹਾਨੂੰ ਬੰਦਾ ਦਿਸਦਾ ਜਿਹਦੇ ਕੋਈ ਢਾਲ ਵਾ ਇਹ ਤਲਵਾਰ ਫੜੀ ਵਾ ਰਾਹ ਉੱਪਰ ਹਾਥੀ 'ਤੇ ਬੈਠਾ ਆ ਸੋਹਣੇ ਜਿਹੇ ਕੱਪੜੇ ਪਾਇਓ ਉਹ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਹੀ ਆ। Make this be clear, it's not that clear. Okay, we'll shut up. Yes, this is photos deco. This picture, this is Shri Guru Gobind Singh Ji. I'll tell you something about that gun. Don't worry, I will tell you. This is by Hardas Singh Ji, the grandfather of Maharaja Jassa Singh Ramgarhia, and this is the father of Maharaja Jassa Singh Ramgarhia, Giani Bhagwan Singh. Okay, now I will tell you a bit more. Father of Maharaja Jassa Singh Ramgarhia, Giani Bhagwan Singh, and grandfather Baba Hardas Singh presenting guns and arrows by them to Shri Guru Gobind Singh Ji. Hun main tuhanu Punjabi samjhaunda jehda Bhai Hardas Singh Ji and Giani Bhagwan Singh ਉਹਨਾਂ ਨੇ ਬਣਾ ਕੇ ਗੰਨਾ ਤਾਂ ਆਰੋ ਗੁਰੂ ਗੋਬਿੰਦ ਸਿੰਘ ਨੂੰ ਦਿੱਤੀਆਂ ਸੀ। ਐਂਡ ਜਿਹੜੀ ਤੁਹਾਨੂੰ ਗੰਨ ਦਿਸਦੀ ਆ ਸ਼੍ਰੀ ਗੁਰੂ ਗੋਬਿੰਦ ਸਿੰਘ ਕੋ ਹੱਥ ਵਿੱਚ ਫੜੀ ਜਿਹੜੀ ਉਹ ਭਾਈ ਅਰਦਾਸ ਤਾਂ ਗਿਆਨੀ ਭਗਵਾਨ ਸਿੰਘ ਦੀ ਆ ਬਣੀਓ ਸੀ, ਉਹੀ ਗੁਰੂ ਗੋਬਿੰਦ ਸਿੰਘ ਨੇ ਫੜੀ ਵਾ। ਸੋ ਬਹੁਤ ਇਹ ਅਮੇਜ਼ਿੰਗ ਪਿਕਚਰ ਆ। ਲੋਕ ਬਹੁਤੇ ਲੋਕਾਂ ਨੂੰ ਇਸ ਤਸਵੀਰ ਦੀ ਸਮਝ ਨਹੀਂ ਹੈ, ਇਹ ਵੀ ਨਹੀਂ ਪਤਾ ਸੀ ਜਿਹੜਾ ਆ ਬਾਬਾ ਆ ਇਹ ਬਾਬਾ ਹੈਗਾ ਹਰਦਾਸ ਸਿੰਘ ਐਂਡ ਜਿਹੜਾ ਆ ਸਿੰਘ ਆ ਇਹ ਹੈਗਾ ਗਿਆਨੀ ਭਗਵਾਨ ਸਿੰਘ। ਆਹ ਤਾਂ ਤੁਹਾਨੂੰ ਪਤਾ ਲੱਗਦਾ ਦੇਖ ਕੇ ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਪਰ ਇਸ ਫੋਟੋ 'ਚ ਇਹੀ ਪਤਾ ਲੱਗਦਾ ਸੀ ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੀ ਇਕੱਲੇ, ਪਰ ਇਹਨਾਂ ਦੋਨਾਂ ਦਾ ਨਹੀਂ ਪਤਾ ਲੱਗਦਾ ਕੌਣ ਸੀ। ਪਰ ਹੁਣ ਮੈਂ ਤੁਹਾਨੂੰ ਦੱਸਤਾ ਇਹ ਕੌਣ ਆ, ਹੁਣ ਤੁਹਾਨੂੰ ਕੋਈ ਫੋਟੋ ਦੇਖ ਕੇ ਕੋਈ ਵੀ ਸ਼ੱਕ ਨਹੀਂ ਹੋਣੀ ਚਾਹੀਦੀ।
ਆਹ ਤੁਹਾਡੇ ਜਿਹੜੇ ਮੋੜੇ ਆ ਬਹੁਤ ਖੂਬਸੂਰਤ ਤਸਵੀਰ ਆ। ਫਰੰਟ ਵਿਊ ਇਟਸ ਅ ਵੈਰੀ ਬਿਊਟੀਫੁਲ ਪਿਕਚਰ, ਪਰ ਵਾਟ ਇਜ਼ ਦਿਸ ਪਿਕਚਰ ਦੋ? ਇਟਸ ਏ ਫੋਟੋਗ੍ਰਾਫ ਆਫ ਕਿਲਾ ਰਾਮ ਰੋਣੀ ਐਟ ਰਾਮਗੜ੍ਹ, ਦੈਟਸ ਵਾਟ ਇਟ ਇਜ਼। ਇਹ ਉਹ ਆ ਜਿਹੜਾ ਕਿਲਾ ਰਾਮ ਰੋਣੀ ਰਾਮਗੜ੍ਹ ਦੇ ਸੀ, ਰਾਮਗੜ੍ਹ ਦੇ ਵਿੱਚ ਸੀ ਕਿ ਉਹ ਤਸਵੀਰ ਆ। ਮੋਹਣੇ ਜਿਹੜੀ ਪਿਕਚਰ ਆ ਇਹ ਇੱਕ ਇਤਿਹਾਸਿਕ ਫੋਟੋ ਆ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀ ਦੀ। ਕਿਸ ਨੇ ਬਹੁਤ ਖੂਬਸੂਰਤ ਫੋਟੋ ਲਈ ਵਾ ਉਸ ਸਮੇਂ ਦੀ, ਕਿਸ ਨੇ ਤੁਹਾਨੂੰ ਇੱਕ ਬਹੁਤ ਖੂਬਸੂਰਤ ਇਤਿਹਾਸਿਕ ਫੋਟੋ ਲਈ ਆ। ਸੋ ਦਿਸ ਇਜ਼ ਏ ਵੈਰੀ ਬਿਊਟੀਫੁਲ ਹਿਸਟੋਰਿਕ ਪਿਕਚਰ। Okay, so I'll explain a bit more about this picture. A historic drawing of Maharaja Jassa Singh Ramgarhia in the Lahore Museum. ਇਹ ਜਿਹੜੀ ਤੁਸੀਂ ਫੋਟੋ ਦੇਖਦੇ ਆ ਇਹ ਜਿਹੜੀ ਡਰੋਇੰਗ ਕਿਸ ਨੇ ਬਣਾਈ ਆ ਇਹ ਲਾਹੌਰ ਦੇ ਮਿਊਜ਼ੀਅਮ ਦੇ ਵਿੱਚ ਆ। ਜੇ ਉੱਥੇ ਕੋਈ ਜੋਗ ਬੰਦਾ ਨਾ ਜਿਹੜਾ ਉੱਥੇ ਲਾਹੌਰ 'ਚ ਮਿਊਜ਼ੀਅਮ ਆ ਤੁਹਾਨੂੰ ਉੱਥੇ ਦਿਸੂਗੀ ਹੈ। ਰਾਈਟ, ਇਹ ਤਸਵੀਰ ਆ ਜਿਹੜੀ ਇਹ ਹੈਗੀ ਆ, ਹਾਂ ਇਹ ਪਹਿਲਾਂ ਸਮੇਂ ਦੀ ਫੋਟੋ ਉਸ ਸਮੇਂ 'ਚ ਰਹੂਗਾ। ਇਹ ਰਾਮਗੜ੍ਹੀਆ ਬੁੰਗਾ ਆ ਉਸ ਸਮੇਂ 'ਚ ਦਾ ਹੁੰਦਾ ਸੀ, ਇੱਦਾਂ ਦਾ ਲੱਗਦਾ ਹੁੰਦਾ ਸੀ ਪਹਿਲਾਂ। ਸੋ ਦਿਸ ਇਜ਼ ਅ ਪਿਕਚਰ ਆਫ ਦ ਰਾਮਗੜ੍ਹੀ ਬੁੰਗਾ ਐਟ ਦ ਟਾਈਮ। I'll explain a bit more. The Ramgarhia Bunga at Shri Harmandir Sahib. Okay? So this is the previous, okay, picture. ਹੁਣ ਤੁਸੀਂ ਆਹ ਤਸਵੀਰ ਦੇਖੋ, ਇਹ ਪ੍ਰੈਜ਼ੈਂਟ ਡੇ ਦੀ ਫੋਟੋ ਆ ਰਾਮਗੜ੍ਹੀਆ ਬੁੰਗਾ ਦੀ। ਸੋ ਦਿਸ ਇਜ਼ ਫਰੋਮ ਟੂਡੇ ਵਾਟ ਵੀ ਲਿਵਿੰਗ ਇਨ, ਦਿਸ ਇਜ਼ ਵਾਟ ਰਾਮਗੜ੍ਹੀਆ ਬੁੰਗਾ ਲੁੱਕਸ ਲਾਈਕ। ਓਕੇ, ਸੋ ਦਿਸ ਇਜ਼ ਦ ਪ੍ਰੈਜ਼ੈਂਟ ਡੇ ਪਿਕਚਰ ਆਫ ਦ ਰਾਮਗੜ੍ਹੀਆ ਬੁੰਗਾ। ਆ ਇੱਕ ਬਹੁਤ ਵੱਡੀ ਤਸਵੀਰ ਆ ਜਿਹੜੀ ਆ ਤੁਹਾਡੇ ਸਾਹਮਣੇ ਆ, ਇਹ ਉਸ ਸਿਲ ਦੀ ਆ ਜਿਹੜਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਚੱਕ ਕੇ ਲਿਆ ਸੀ ਇੱਥੋਂ।
Okay, so this is the picture of that seal which Maharaja Jassa Singh Ramgarhia brought to Shri Hemundasan. Now I'll tell you more of it. The view of Shri Hemundar Sahib from the Ramgarhia Bunga, the seal. Now, what does the seal actually mean in English? So here we go. It means coronation stone used by the Mughal emperor. Jera word the seal jenu kehnde aa, jenu si seal kehnde aa, oh English banuga coronation stone. Okay, so it's a coronation stone jera Mughal emperor bardanda si. Can be seen in the forefront, which was brought by Maharaja Jassa Singh Ramgarhia after the conquest of the Red Fort Delhi. ਹੁਣ ਮੈਂ ਤੁਹਾਨੂੰ ਜ਼ਿਆਦਾ ਸਮਝਾਉਣਾ ਹੈ ਜਿਹੜੀ ਇਹ ਤਿੰਨਾਂ ਜ਼ਿਲ੍ਹਿਆਂ ਨੇ ਲੜਾਈ ਕੀਤੀ ਸੀ ਜਿਹਦੇ ਵਿੱਚ ਮਹਾਰਾਜਾ ਜੱਸਾ ਸਿੰਘ ਰੰਗੜੀਆ ਸੀ ਲਾਲ ਕਿਲ੍ਹੇ ਦੀ ਵੱਡਾ ਕੱਲੂਕਾਲਾ ਜਦ ਉਹ ਇਹਨਾਂ ਨੇ ਜਿੱਤ ਲਿਆ ਸੀ ਉਹਦੇ ਬਾਅਦ ਮਹਾਰਾਜਾ ਜੱਸਾ ਸਿੰਘ ਰੰਗੜੀ ਨੇ ਇਹ ਸਿਲ ਚੱਕ ਕੇ ਲਿਆ ਕੇ ਸ਼੍ਰੀ ਹਰਿਮੰਦਰ ਸਾਹਿਬ 'ਤੇ ਰੱਖਤੀ ਸੀ ਇਹ ਆ ਕਹਾਣੀ ਦੀ ਦ ਸਟੋਰੀ ਆਫ ਵੱਡਾ ਕੱਲੂਕਾਲਾ ਵੇਅਰ ਦ ਥ੍ਰੀ ਸਿੱਖ ਜਨਰਲ ਟੁੱਕ ਪਾਰਟ ਮਹਾਰਾਜਾ ਜੱਸਾ ਸਿੰਘ ਰੰਗੜੀਆ ਵੇਅਰ ਇਟ ਵਾਜ਼ ਵਨ ਹੀ ਬਰੋਟ ਦ ਸਿਲ ਟੂ ਦ ਸ਼੍ਰੀ ਹਰਿਮੰਦਰ ਸਾਹਿਬ ਐਜ਼ ਯੂ ਕੈਨ ਸੀ ਰਾਈਟ ਫਰੰਟ ਆਫ ਯੋਰ ਫੇਸ This is the picture. So you can see here, this square thing, yeah, or rectangle as you say, is a seal. Okay? This is a seal. And Aaton Desdaya is Shri Hemundar Sahib. Okay? Okay. ਉਦਾਂ ਇੱਕ ਹੋਰ ਫੋਟੋ ਹੋਣੀ ਚਾਹੀਦੀ ਸੀ ਪਰ ਉਹ ਲੱਗਦਾ ਮੈਨੂੰ ਵਿੱਚ ਦਿਸੀ ਨਹੀਂ ਉਹ ਇਹ ਸੀ ਉਹਨਾਂ ਵਾਲੇ ਸੀ ਜਿਹੜੀਆਂ ਹਿੰਦੂ ਲੜਕੀਆਂ ਮਹਾਰਾਜਾ ਜੱਸਾ ਸਿੰਘ ਰੰਗੜੀਆ ਵਜਾਈਆਂ ਸੀ ਇਹ ਉਹਦੇ ਵਾਲੀ ਸੀ ਉੱਦਾਂ ਮੈਂ ਤੁਹਾਨੂੰ ਦੱਸ ਦਿੰਦਾ ਕੀ ਸੀ ਉਹ After saving the Hindu girls from the clutches of the Muslims, Maharaja Jassa Singh Ramgarhia returned them to their parents. Hence, etho Maharaja Jassa Singh Ramgarhia nu ohda nama ik naam pa gaya si, ohnu kehna pe si ਬੰਦੀ ਸ਼ੋਰ ਉਹ ਕਹਿੰਦੇ ਮਹਾਰਾਜਾ ਜੱਸਾ ਸਿੰਘ ਰੰਗੜੀਆ
ਇੱਕ ਬੰਦਿਸ਼ ਉਹਦਾ, ਕਿਉਂਕਿ ਉਹਨੇ ਇੱਕ ਕੁੜੀਆਂ ਇਹ ਲੜਕੀਆਂ ਹਿੰਦੂਆਂ ਦੀਆਂ ਸੀ ਵਾਲੇ, ਹਾਂ ਇਹ ਨੋਨ ਸਿੱਖ ਸੀ, ਸੋ ਦੇ ਵਾਰ ਹਿੰਦੂ ਗਰਲਸ ਵਿੱਚ ਹੀ ਸੈਡ ਫਰੋਮ ਦਾ ਕਲਚਿਸ ਆਫ ਦਾ ਮੁਸਲਿਮਸ ਐਂਡ ਇਹਦਾ ਇੱਕ ਐਂਡ ਹੀ ਐਡ ਏ ਨਿਊ ਨੇਮ ਬੰਦੀ ਸ਼ੋਰ. ਸੋ ਦੇਅਰ ਯੂ ਗੋ, ਸੋ ਦੈਟਸ ਦਾ ਸਟੋਰੀ ਵਿਦ ਪਿਕਚਰ ਟੂ ਪਿਕਚਰ ਮਹਾਰਾਜਾ ਜੱਸਾ ਸਿੰਘ ਰਾਂਗੜੀ ਦਾ ਰੀਅਲ ਪਰੂਫ ਹੈ ਇਹ ਫੋਟੋ ਨਾਲ. ਤੁਹਾਨੂੰ ਇਹ ਵੀਡੀਓ ਜ਼ਰੂਰ ਪਸੰਦ ਆਇਆ ਹੋਗਾ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.